ਨਮਸਕਾਰ ਖਬਰਾਂ ਦੇ ਇਸ ਬੁਲਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਰਚਗਿਲ ਹੋਤਰਾ ਪੇਸ਼ ਨੇ ਹੁਣ ਤੱਕ ਦੀਆਂ ਖਬਰਾਂ ਰਾਸ਼ਟਰਪਤੀ ਦ੍ਰੋਪਦੀ ਮੂਰੂ ਨੇ ਰਾਸ਼ਟਰਪਤੀ ਪਵਨ ਵਿਖੇ ਕੌਮੀ ਖੇਡ ਪੁਰਸਕਾਰ ਪ੍ਰਦਾਨ ਕੀਤੇ ਇਸ ਮੌਕੇ ਦੋ ਖਿਡਾਰੀਆਂ ਨੂੰ ਖੇਡ ਰਤਨ 24 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਪੰਜ ਕੋਚਾਂ ਨੂੰ ਦਰੋਣਾਚਾਰੀਏ ਪੁਰਸਕਾਰ ਤਿੰਨ ਕੋਚਾਂ ਨੂੰ ਦਰੋਣਾਚਾਰੀਏ ਲਾਈਫਟਾਈਮ ਅਵਾਰਡ ਅਤੇ ਤਿੰਨ ਖਿਡਾਰੀਆਂ ਨੂੰ ਧਿਆਨ ਚੰਦ ਪੁਰਸਕਾਰਾਂ ਨਾਲ ਨਵਾਜਿਆ ਗਿਆ ਇਸ ਸਾਲ ਮੇਜਰ ਧਿਆਨ ਖੇਡ ਰਤਨ ਸਨਮਾਨ ਹਾਸਲ ਕਰਨ ਵਾਲੇ ਸਾਤਵਿਕ ਸਾਈ ਰਾਜ ਰੰਕੀ ਰਾਡੀ ਅਤੇ ਚਿਰਾਗ ਸ਼ੇਤੀ ਆਪਣਾ ਸਨਮਾਨ ਲੈ ਲੈ ਇਸ ਸਮਾਗਮ ਵਿੱਚ ਮੌਜੂਦ ਨਹੀਂ ਸਨ ਕਿਉਂਕਿ ਜੋ ਇਹ ਦੋਵੇਂ ਖਿਡਾਰੀਆਂ ਮਲੇਸ਼ੀਆ ਓਪਨ ਵਿੱਚ ਹਿੱਸਾ ਲੈ ਰਹੀ ਨੇ ਅੱਜ ਤੋਂ ਸ਼ੁਰੂ ਹੋਇਆ ਇਹ ਟੂਰਨਾਮੈਂਟ 올림픽 ਕੋਟੇ ਦੇ ਲਿਹਾਜ਼ ਨਾਲ ਬਹੁਤ ਅਹਿਮ ਹੈ ਇਸ ਲਈ ਦੇਸ਼ ਦੇ ਸਾਰੇ ਬੈਡਮਿੰਟਨ ਖਿਡਾਰੀ ਮਲੇਸ਼ੀਆ ਵਿੱਚ ਨੇ ਕ੍ਰਿਕਟ ਖਿਡਾਰੀ ਮੁਹੰਮਦ ਸ਼ਮੀ ਸ਼ਤਰੰਜ ਖਿਡਾਰੀ ਆਰਵਿਸ਼ੈਲੀ ਤੀਰਅੰਦਾਜ਼ ਔਜਸ ਪਰਵੀਨ ਦਿਉਤਲੇ ਅਤੇ ਅਦੀਤੀ ਗੋਪੀਚੰਦ ਸਵਾਮੀ 골ਫਰ ਦੀਕਸ਼ਾ ਡਾਗਰ ਕਬੱਡੀ ਖਿਡਾਰੀ ਪਵਨ ਕੁਮਾਰ ਅਤੇ ਰੀਤੂ ਨੇਗੀ ਉਹਨਾਂ ਖਿਡਾਰੀਆਂ ਵਿੱਚ ਸ਼ਾਮਲ ਨੇ ਜਿਨ੍ਹਾਂ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ਇਨ੍ਹਾਂ ਤੋਂ ਇਲਾਵਾ ਹਾਕੀ ਖਿਡਾਰੀ ਕ੍ਰਿਸ਼ਨ ਬਹਾਦਰ ਪਟਕ ਅਤੇ ਪੀ ਸੁਸ਼ੀਲਾ ਚਾਨੂ ਖੋਖੋ ਖਿਡਾਰੀ ਨਸਰੀਨ ਲਾ ਬਾਅਲ ਖਿਡਾਰਨ ਪਿੰਕੀ ਨਿਸ਼ਾਨੇਬਾਜ਼ ਐ ਪ੍ਰਤਾਪ ਸਿੰਘ ਤੇ ਈਸ਼ਾ ਸਿੰਘ ਸਕੁਐਸ਼ ਖਿਡਾਰੀ ਹਰਵਿੰਦਰਪਾਲ ਸਿੰਘ ਜੰਦੂ ਟੇਬਲ ਟੈਨਿਸ ਖਿਡਾਰਨ ਆਹਿਕਾ ਮਖਰਜੀ ਪਹਿਲਵਾਨ ਸੁਨੀਲ ਕੁਮਾਰ ਅਤੇ ਅੰਤਿਮ ਵਸ਼ੂ ਖਿਡਾਰੀ ਐਨ ਰੋਸ਼ਬੀਨਾ ਦੇਵੀ ਨੇਤਰਹੀਨ ਕ੍ਰਿਕਟਰ ਇਲੂਰੀ ਅਜੇ ਕੁਮਾਰ ਰੈਡੀ ਪੈਰਾ ਤੀਰਅੰਦਾਜ਼ ਸ਼੍ਰੀਤਲ ਦੇਵੀ ਅਤੇ ਪੈਰਾ ਕੋਨੋਇੰਗ ਖਿਡਾਰਨ ਪ੍ਰਾਚੀ ਯਾਦਵ ਨੂੰ ਵੀ ਅਰਜੁਨ ਅਵਾਰਡ ਦਿੱਤੇ ਗਏ ਨੇ ਇਸ ਮੌਕੇ ਐਡਵੈਂਚਰ ਅਵਾਰਡ 2023 ਵੀ ਪ੍ਰਦਾਨ ਕੀਤੇ ਗਏ ਨੇ ਇਨਾਮਨ ਸਮਾਰੋਹ ਵਿੱਚ ਕੇਂਦਰੀ ਖੇਡ ਮੰਤਰੀ ਅਨੁਰਾਗ

ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਈਬਰੈਂਟ ਗੁਜਰਾਤ ਸਿੱਟ ਤੋਂ ਪਹਿਲਾਂ ਗਾਂਦੀਨਗਰ ਦੇ ਮਹਾਤਮਾ ਮੰਦਰ ਵਿੱਚ ਪੂਰਬੀ ਤਿਮੋਰ ਦੇ ਰਾਸ਼ਟਰਪਤੀ ਜੋਸ ਰਾਮੋਸ ਹੋਟਾ ਨਾਲ ਦੁਵੱਲੀ ਮੀਟਿੰਗ ਕੀਤੀ। ਦੋਹਾਂ ਨੇਤਾਵਾਂ ਨੇ ਦੁਵੱਲੇ ਅਤੇ ਸਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਾਇਪਟੇਲ ਨੇ ਪੂਰਬੀ ਤਿਮੋਰ ਦੇ ਰਾਸ਼ਟਰਪਤੀ ਜੋਸ ਰਾਮੋਸ ਹੋਟਾ ਨਾਲ ਵੀ ਮੁਲਾਕਾਤ ਕੀਤੀ ਅਤੇ ਦੁਵੱਲੇ ਸਹਿਯੋਗ ਦੇ ਸੰਭਾਵਿਤ ਖੇਤਰਾਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਮਹਾਤਮਾ ਮੰਦਰ ਵਿਖੇ ਚੋਟੀ ਦੀਆਂ ਗਲੋਬਲ ਸੰਸਥਾਵਾਂ ਦੇ ਮੁੱਖ ਕਾਰਜਕਾਰੀ ਅ ਇਸੋ ਬਾਅਦ ਉਹਨਾਂ ਗੁਜਰਾਤ ਦੇ ਗਾਂਦੀਨਗਰ ਦੇ ਹੈਲੀਪੈਡ ਤੇ ਵਾਈਬਰੈਂਟ ਗੁਜਰਾਤ ਗਲੋਬਲ ਟ੍ਰੇਡ ਸ਼ੋ 2024 ਦਾ ਉਦਘਾਟਨ ਕੀਤਾ ਇਸ ਮੌਕੇ ਨੌਜਾਬੈਂਕ ਅਤੇ ਇਮੋਰ ਲਿਸ ਦੇ ਰਾਸ਼ਟਰਪਤੀ ਦੀ ਉਹਨਾਂ ਦੇ ਨਾਲ ਮੌਜੂਦ ਸਨ ਪ੍ਰਧਾਨ ਮੰਤਰੀ ਨੇ ਇੱਕ ਯਾਦਗਾਰੀ ਡਾਕ ਟਿਕਰ ਅਤੇ ਸਿੱਕਾ ਵੀ ਜਾਰੀ ਕੀਤਾ ਪ੍ਰਦਰਸ਼ਨਕਾਰੀ ਵਿੱਚ অতি ਆਧੁਨਿਕ ਤਕਨੀਕ ਦੇ ਕਈ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ ਪ੍ਰਦਰਸ਼ਨੀ ਦੌਰਾਨ ਆਤਮ ਨਿਰਭਰ ਪਾਰਦਰਸ਼ ਚਲਕ ਦੇਖਣ ਨੂੰ ਮਿਲੀ ਚੰਡੀਗੜ੍ਹ ਵਿਖੇ ਟਰੱਕ ਯੂਨੀਅਨ ਤੇ ਪੰਜਾਬ ਸਰਕਾਰ ਦਰਮਿਆਨ ਹੋਈ ਮੀਟਿੰਗ ਬੇਸੀਟਾ ਰਹੀ। ਇਹ ਮੀਟਿੰਗ ਕੈਬਨਿਟ ਦੀ ਸਬਕਮੇਟੀ ਦਰਮਿਆਨ ਹੋਈ। ਜਿਸ 'ਚ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ, ਸ਼੍ਰੀਮਾ ਅਤੇ ਕੁਲਦੀਪ ਸਿੰਘ ਤਾਲੀਵਾਲ ਸ਼ਾਮਲ ਸਨ। ਦੂਜੇ ਪਾਸੇ ਨਵਕ ਖਵਕ ਜਥੇਬੰਦੀਆਂ ਦੀ ਨੁਮਾਇੰਦਿਆਂ ਨੇ ਇਸ ਮੀਟਿੰਗ 'ਚ ਹਿੱਸਾ ਲਿਆ। ਮੀਟਿੰਗ ਉਪਰੰਤ ਅਜੇ ਸਿੰਘਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਮੀਟਿੰਗ ਸਰਕਾਰ ਨਾਲ ਕਿਸੇ ਨਤੀਜੇ ਤੇ ਨਹੀਂ ਪਹੁੰਚ ਸકી। ਜਿਸ ਕਰਕੇ ਟਰੱਕ ਯੂਨੀਅਨ ਦਾ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਠਿੰਡਾ ਵਿਖੇ ਕੱਲ ਦੇ ਚੱਲਦੀਆ ਬਠਿੰਡਾ ਤੇਲ ਡੀਪੂ ਤੋਂ ਹੁਣ ਕੋਈ ਵੀ ਟੈਂਕਰ ਨਹੀਂ ਚੱਲੇਗਾ ਹਲਕਾ ਪੁਲਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੇਰਾ ਵਿਰੁੱਧ थाना ਸੁਬਾਨਪੁਰ ਕਪੂਰਥਲਾ ਵਿਖੇ ਦਰਜ ਹੋਈ ਮਾਮਲੇ ਸੰਬੰਧੀ ਮਾਨਯੋਗ ਅਦਾਲਤ 'ਚ ਅੱਜ ਉਹਨਾਂ ਦੀ ਜ਼ਮਾਨਤ ਸੰਬੰਧੀ ਸੁਣਵਾਈ ਹੋਣੀ ਸੀ ਪਰ थाना ਸੁਬਾਨਪੁਰ ਵੱਲੋਂ ਰਿਕਾਰਡ ਨਾ ਪੇਸ਼ ਕੀਤੇ ਜਾਣ ਕਾਰਨ ਸੁਖਪਾਲ ਸਿੰਘ ਖੇਰਾ ਦੀ ਜ਼ਮਾਨਤ ਅਰਜੀਤੇ ਸੁਣਵਾਈ ਫੇਰ ਟਲ ਗਈ ਹੁਣ ਅਗਲੀ ਸੁਣਵਾਈ 11 ਜਨਵਰੀ ਨੂੰ ਹੋਵੇਗੀ ਹਲसेना ਮੁਖੀ ਜਨਰਲ ਮਨੋਜ ਪਾਂਡੇ ਨੇ ਭਾਰਤ ਦੀ ਨੌਜਵਾਨਾਂ ਤੇ ਧ੍ਰਿੜ ਰਾਧੀ ਦੀ ਸ਼ਲਾਘਾ ਕਰਦਿਆ ਕਿ ਨੌਜਵਾਨ ਪੀੜੀ ਦੇਸ਼ ਦੇ ਵਿਕਾਸ ਵਿੱਚ ਐਮ ਭੂਮਿਕਾ ਨਿਭਾਏਗੀ ਜਨਰਲ ਪਾਂਡੇ ਨਵੀਂ ਦਿੱਲੀ ਵਿੱਚ ਐਨਸੀਸੀ ਗਣਤੰਤਰ ਦਿਵਸ ਕੈਂਪ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਜਨਰਲ ਪਾਂਡੇ ਨੇ ਐਨਸੀਸੀ ਕੈਡਟਾਂ ਦੇ ਹੌਸਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹਨਾਂ ਦਾ ਅਨੁਸ਼ਾਸਨ ਅਤੇ ਉਤਸ਼ਾਹ ਤੋਂ ਭਾਰਤ ਦੇ ਸੁਨਹਿਰੇ ਭਵਿੱਖ ਦੇ ਚਲਕ ਦੇਖਣ ਨੂੰ ਮਿਲਦੀ ਹੈ ਭਾਰਤ ਦੇ ਬਿਹਤਰ ਭਵਿੱਖ ਲਈ ਪ੍ਰੇਰਿਤ ਕਰਦਾ ਹੈ ਉਹਨਾਂ ਨੇ ਕਿਹਾ ਕਿ ਇੱਕ ਚੰਗੇ ਨਾਗਰਿਕ ਬਣਨ ਲਈ ਅਟੁੱਟ ਪ੍ਰਤੀਬੱਧਤਾ ਸਮਰਪਣ ਦੀ ਭਾਵਨਾ ਅਤੇ ਦੇਸ਼ ਪ੍ਰਤੀ ਤੂ ਜਜ਼ਵਾ ਹੋਣਾ ਚਾਹੀਦਾ ਹੈ ਉਹਨਾਂ ਨੇ ਕ੍ਰੈਡਿਟਾਂ ਨੂੰ ਹਮੇਸ਼ਾ ਦੇਸ਼ ਦਾ ਸਤਿਕਾਰ ਕਰਨ ਅਤੇ ਇਸ ਦੀਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਲਈ ਕਿਹਾ ਹੈ ਕਬਰਾਂ ਦੇ ਬੁਲਟਿਨ ਸਾਡੇ ਦਰਸ਼ਕ ਆਰਐਨ ਯੂਡੀਡੀ ਕੇ ਜਲੰਧਰ ਦੇ YouTube ਚੈਨਲ Facebook ਪੇਜ ਇਸ ਸੋਸ਼ਲ ਮੀਡੀਆ ਪਲੇਟਫਾਰਮ X ਤੇ ਵੀ ਦੇਖ ਸਕਦੇ ਨੇ ਇਸ ਦਿਨ ਵਾਲੀ ਖਬਰਾਂ ਦਾ ਬੁਲਟਿਨ ਖਤਮ ਹੁੰਦਾ ਹੈ ਜੀ ਸਤਿ ਸ਼੍ਰੀ ਅਕਾਲ